ਰਾਜਪੁਰਾ ਦੇ ਤਖ਼ਤ ਮਾਜਰਾ ਵਿਖੇ ਪਿਛਲੇ ਦਿਨੀ ਹੋਏ ਝਗੜੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਂਗਰਸੀ MLA ਵੱਲੋਂ ਕਥਿਤ ਤੌਰ ਤੇ ਵਾਰੀ ਮਹਿਲਾਵਾਂ ਲਈ ਸ਼ਬਦਾਵਲੀ ਤੋਂ ਬਾਅਦ ਅੱਜ ਅਕਾਲੀ ਦਲ ਭਾਜਪਾ ਨੇ ਪੱਤਰਕਾਰ ਸੰਮੇਲਨ ਕਰਕੇ ਤਖ਼ਤ ਮਾਜਰਾ ਚ ਮਹਿਲਾ ਬੀਬੀ ਜਗੀਰ ਕੌਰ ਦੀ ਮੌਤ ਦੇ ਪਿੱਛੋਂ ਘਨੌਰ ਦੇ MLA ਖਿਲਾਫ਼ ਮਾਮਲਾ ਦਰਜ ਕਰਾਉਣ ਦੀ ਮੰਗ ਕੀਤੀ ਹੈ। ਅੱਜ ਤੁਹਾਨੂੰ ਖੇਚਲ ਇਸ ਕਰਕੇ ਦਿੱਤੀ ਹੈ ਕਿ ਤਖ਼ਤ ਮਾਜਰੇ ਦੇ ਵਿੱਚ ਬੀਬੀ ਜਗੀਰ ਕੌਰ ਦੀ ਜਿਹੜੀ ਮੌਤ ਆ ਮੀਰ ਸਿੰਘ ਦੇ ਘਰੋਂ ਜਿਹੜੀ ਬੀਬੀ ਆ ਉਹਦਾ ਅਸੀਂ ਸਿੱਧੇ ਤੌਰ 'ਤੇ ਦੋਸ਼ੀ ਸਮਝਦੇ ਹਾਂ। ਇੱਥੋਂ ਦਾ ਜਿਹੜਾ ਘਨੌਰ ਦਾ MLA ਆ ਮਦਨ ਲਾਲ ਜਲਾਲਪੁਰ, ਉਹਨੇ ਪਹਿਲਾਂ ਪ੍ਰੈਸ ਰਾਹੀਂ ਮੀਡੀਆ ਰਾਹੀਂ ਜਿਹੜਾ ਪੁਲਿਸ ਅਫਸਰ ਸੀ ਉਹਨੂੰ ਸਿੱਧੇ ਤੌਰ 'ਤੇ ਧਮਕੀਆਂ ਦਿੱਤੀਆਂ ਸੀ ਕਿ ਉਹਨਾਂ ਦੀਆਂ ਔਰਤਾਂ ਨੂੰ ਚੁੱਕ ਲਿਓ, ਔਰ ਸਾਰੇ ਇਲੈਕਟ੍ਰੋਨਿਕ ਮੀਡੀਆ ਨੇ ਪ੍ਰੈਸ ਨੇ ਦੁਨੀਆ ਨੇ ਉਹ ਦੇਖਿਆ। ਉਹ ਧਿਆਨ 'ਚ ਅਸੀਂ ਮਾਨਯੋਗ SSP ਪਟਿਆਲੇ ਦੇ ਵੀ ਲੈ ਕੇ ਆਏ ਸੀ ਡੈਪੂਟੇਸ਼ਨ ਸ਼੍ਰੋਮਣੀ ਅਕਾਲੀ ਦਲ ਦਾ ਮਿਲ ਕੇ ਵੀ ਇਸ ਤਰ੍ਹਾਂ ਔਰਤਾਂ ਨੂੰ ਅਪਸ਼ਬਦ ਬੋਲਣੇ, ਸ਼ਰੇਆਮ ਇੱਕ ਥਾਣੇਦਾਰ ਦਾ ਨਾਂ ਵੀ ਪ੍ਰੋਪਰ ਨਾਂ ਲੈ ਕੇ ਉਹਨੂੰ ਇੱਕ MLA ਹਦਾਇਤਾਂ ਕਰੇ ਵੀ ਜਨਾਨੀਆਂ ਨੂੰ ਚੁੱਕ ਲਿਆਓ, ਉਹ ਇੱਕ ਅਸੱਭਿਅ ਭਾਸ਼ਾ, ਗੈਰ ਜ਼ਿੰਮੇਵਾਰੀ ਵਾਲੀ ਭਾਸ਼ਾ, ਔਰ ਕਾਨੂੰਨ ਸਿੱਧੇ ਤੌਰ 'ਤੇ ਆਪਣੇ ਹੱਥ ਵਿੱਚ ਲੈ ਕੇ ਮਨ ਮਰਜ਼ੀਆਂ ਕਰਨ ਵਾਲੀ ਭਾਸ਼ਾ। ਪਹਿਲਾਂ ਨਜਾਇਜ਼ ਮਾਈਨਿੰਗ ਵੀ ਕਰਦੇ ਰਹੇ ਇਹ ਅਤੇ ਨਾਲ ਮਾਈਨਿੰਗ ਅਫਸਰਾਂ ਨੂੰ ਵੀ ਚਪੇੜਾਂ ਤੱਕ ਮਾਰੀਆਂ, ਨਾ ਉਦੋਂ ਮੁੱਖ ਮੰਤਰੀ ਸਾਹਿਬ ਨੇ ਨੋਟਿਸ ਲਿਆ ਨਾ ਪ੍ਰਸ਼ਾਸਨ ਨੇ ਨੋਟਿਸ ਲਿਆ। ਹੁਣ ਸਿੱਧੇ ਤੌਰ 'ਤੇ ਲੇਡੀਜ਼ ਦੇ ਬਾਰੇ ਅਪਸ਼ਬਦ ਬੋਲੇ ਅਤੇ ਉਹਨਾਂ ਨੂੰ ਚੁੱਕ ਕੇ ਲਿਆਉਣ ਦੀਆਂ ਹਦਾਇਤਾਂ, ਥਾਣੇਦਾਰ ਨੂੰ ਇੱਕ ਅਪਸ਼ਬਦ ਛੋਟਾ ਨਾ ਬੋਲ ਕੇ ਕਹੇ, ਅਤੇ ਉਹ ਮੈਂ ਸਮਝਦਾ ਉਹਨੂੰ ਬਰਦਾਸ਼ਤ ਸਰਕਾਰ ਵੀ ਕਰੀ ਜਾ ਰਹੀ ਹੈ ਅਤੇ ਪ੍ਰਸ਼ਾਸਨ ਵੀ ਕਰੀ ਜਾ ਰਿਹਾ। ਉਹਦਾ ਨਤੀਜਾ ਹੋਇਆ ਕਿ ਬੀਬੀ ਜਗੀਰ ਕੌਰ ਜਿਨ੍ਹਾਂ ਦਾ ਪਤੀ ਦੇ ਵਿਰੁੱਧ ਝੂਠਾ ਕੇਸ ਸ਼ਰੇਆਮ ਸਰ ਸੁਰਜੀਤ ਸਿੰਘ ਗੜ੍ਹੀ ਜਿਹੜੇ ਨੇ ਸਾਡੇ ਮਾਨਯੋਗ ਮੈਂਬਰ SGP ਸੀ ਅਤੇ ਬੀਬੀ ਹਰਪ੍ਰੀਤ ਕੌਰ ਮਖਮੇਲਪੁਰ, ਇਹਨਾਂ ਨੇ ਸਾਨੂੰ ਧਿਆਨ 'ਚ ਲਿਆਂਦਾ, ਅਸੀਂ SSP ਸਾਹਿਬ ਦੇ ਧਿਆਨ 'ਚ ਲਿਆਂਦਾ ਵੀ ਤੁਹਾਡੇ ਥਾਣੇ ਦੇ ਵਿੱਚ ਫੋਟੋਆਂ ਨੇ, ਸਾਰਾ ਰਿਕਾਰਡ ਆ, ਕਿਸੇ ਇੱਕ ਥਾਂ 'ਤੇ ਮੀਰ ਸਿੰਘ ਦੀ ਉਸੇ ਹਾਜ਼ਰੀ ਦਿਖਾ ਦਿਓ ਝਗੜੇ ਦੇ ਵਿੱਚ ਕਿਸੇ ਮੌਕੇ 'ਤੇ ਹਾਜ਼ਰ ਹੋਵੇ, ਪਰ ਕੋਈ ਪਰਵਾਹ ਨਹੀਂ ਕੀਤੀ। ਉਹ ਤਾਂ ਕੇਸ ਨਜਾਇਜ਼ ਬਣਿਆ ਹੋਇਆ ਸੀ, ਇੱਕ ਤਾਂ ਬੀਬੀ ਨੂੰ ਉਹ ਸਦਮਾ ਸੀ, ਦੂਜਾ ਸਾਹ ਮੀਰ ਸਿੰਘ ਨੂੰ ਦੇਖਭਾਲ ਕਰਨ ਲਈ ਜਦੋਂ ਬੀਬੀ ਬਿਮਾਰ ਸੀ ਅਤੇ ਉਹਦੀ ਦਵਾਈ ਬੂਟੀ ਲਈ ਹਸਪਤਾਲ ਤੱਕ ਲਿਜਾਣ ਲਈ ਵੀ ਮਤਲਬ ਆਗਿਆ ਨਹੀਂ ਦਿੱਤੀ ਗਈ ਡਿਪਟੀ DSP ਵੱਲੋਂ, ਜਦੋਂ ਕਿ ਸਾਡੇ ਜ਼ਿੰਮੇਵਾਰ ਪਾਰਟੀ ਦੇ ਆਗੂਆਂ ਨੇ ਖਾਸ ਤੌਰ 'ਤੇ ਗੜ੍ਹੀ ਸਾਹਿਬ ਨੇ ਸਰ ਸੁਰਜੀਤ ਸਿੰਘ ਗੜ੍ਹੀ ਨੇ ਆਪ ਮਿਲ ਕੇ DSP ਸਾਹਿਬ ਨੂੰ ਦੱਸਿਆ ਕਿ ਉਹਨਾਂ ਦੇ ਘਰੋਂ ਬਿਮਾਰ ਆ ਬੀਬੀ ਦੀ, ਸੇਵਾ ਕਰਨ ਲਈ ਉਹਨੂੰ ਹਸਪਤਾਲ ਲਿਜਾਣ ਲਈ ਅਮੀਰ ਸਿੰਘ ਦੀ ਲੋੜ ਆ, ਪਰ ਪੁਲਿਸ ਨੇ ਸਿੱਧੇ ਤੌਰ 'ਤੇ ਕਿਹਾ ਵੀ ਕੋਈ ਕੁਛ ਹੋ ਜੇ ਅਸੀਂ ਅਮੀਰ ਸਿੰਘ ਨੂੰ ਨਹੀਂ ਘਰ ਵੜਨ ਦੇਣਾ, ਪਿੰਡ ਵੜਨ ਦੇਣਾ। ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਮੇਨ ਰੋਡ, ਫੈਕਟਰੀ ਏਰੀਆ, ਨੀਅਰ ਸ਼ਿਵ ਮੰਦਿਰ, ਪਟਿਆਲਾ, ਪੰਜਾਬ। ਫੋਨ 0175-23-51-810, ਮੋਬਾਈਲ 93-561-2507, 90-567-90-02, ਵੈਬਸਾਈਟ www.gurunanakinstitute.com।